ਭਗੌੜੇ ਹੋ, ਇਲੈਕਸ਼ਨਾਂ ਤੁਸੀਂ ਭੱਜੇ ਹੋਏ ਹੋ, ਇਲੈਕਸ਼ਨ ਤੁਸੀਂ ਅੱਜ ਤੱਕ ਕਰਾ ਨਹੀਂ ਸਕੇ, ਤੁਸੀਂ ਸਾਡੀਆਂ ਗੱਲਾਂ ਕਰਦੇ ਹੋ? ਗ੍ਰਿਫਤਾਰੀ ਜਿੱਥੇ ਮਰਜ਼ੀ ਗ੍ਰਿਫਤਾਰ ਕਰਵਾ ਬੈਠੇ ਹਾਂ, ਗ੍ਰਿਫਤਾਰੀ ਤੋਂ ਕੌਣ ਡਰਦਾ ਯਾਰ? ਕੀ ਕਹਿ ਜਿਹੀਆਂ ਗੱਲਾਂ ਕਰਦੇ ਹੋ? ਪਹਿਲਾਂ ਸਾਲ ਸਾਲ ਸੱਤ ਸੱਤ ਮਹੀਨੇ ਲਾ ਕੇ ਆਏ ਆ, ਤੁਹਾਡੀ ਗ੍ਰਿਫਤਾਰੀ ਤੋਂ ਡਰਦੇ ਆ? ਅਸੀਂ ਕੋਈ ਬਦਮਾਸ਼ ਆ, ਗੁੰਡੇ ਆ, ਜਿਹਨਾਂ ਨੂੰ ਤੁਸੀਂ ਭਜਾ ਲਓਗੇ ਐਫ ਆਈ ਆਰ ਦਰਜ ਕਰਕੇ? ਕਿਹੜੀ ਤੁਸੀਂ ਗਲਤ ਫਹਿਮੀਆਂ 'ਚ ਹੋ ਯਾਰ? ਤੁਹਾਡੀ ਨਵੀਂ ਨਵੀਂ ਸਰਕਾਰ ਬਣੀ ਆ, ਤੁਸੀਂ ਅਣਜਾਣ ਬੰਦੇ ਹੋ, ਤੁਸੀਂ ਸੋਚਦੇ ਹੋ ਵੀ ਇੱਕ ਪਰਚਾ ਹੀ ਸਭ ਕੁਛ ਹੁੰਦਾ, ਇੱਕ ਵਿਜੀਲੈਂਸ ਹੁੰਦੀ ਆ, ਉਹਨੂੰ ਵਰਤ ਲਓ, ਉਹੋ ਜਿਹੇ ਨਿਖੱਟੂ ਅਫਸਰ ਨੇ, ਬਿਲਕੁਲ ਕੋਈ ਪਰਵਾਹ ਨਹੀਂ, ਹਿੱਕ 'ਚ ਵੱਜਾਂਗੇ। ਜਿਹੜਾ ਬੁੱਢਾ ਦਰਿਆ ਏ 650 ਕਰੋੜ ਰੁਪਈਆ ਜਿਹੜਾ ਅਸੀਂ ਲੈ ਕੇ ਆਏ ਸੀ ਉਹਨੂੰ ਖਾ ਗਏ, 14 ਕਰੋੜ ਦੀਆਂ ਫੈਂਸਿੰਗਾਂ ਖਾ ਗਏ, ਉਹਦੇ ਤਾਲੇ ਲਾਵਾਂਗੇ। ਸਭ ਤੋਂ ਜ਼ਰੂਰੀ, ਮੈਨੂੰ ਸਰਕਾਰ ਜਵਾਬ ਦੇ ਦੇ ਅਤੇ ਉਰੇ ਦਾ ਐਡਮਿਨਿਸਟ੍ਰੇਸ਼ਨ ਜਵਾਬ ਦੇ ਦੇ, ਜਿਹੜੇ MLA ਸਰਕਾਰ ਦੇ ਤਾਲੇ ਲਾਏ ਹੋਏ ਤੁਸੀਂ ਦਿਖਾਏ ਸਭ ਨੇ, ਸਰਕਾਰ ਦੇ ਤਾਲੇ ਲਾਏ ਹੋਏ ਉਹਨਾਂ ਨੂੰ ਕੀ ਕਹਿੰਦੇ ਆ ਜੀ, ਜਿਹੜਾ ਸੀਲਿੰਗ ਕੀਤੀ ਹੋਈ, ਇਹ MLA ਉਹ ਤਾਲੇ ਸਰਕਾਰ ਦੇ ਤੋੜਦੇ ਰਹੇ ਆ, ਤੇ ਸਰਕਾਰ ਇੰਨੀ ਨਿਕੰਮੀ, ਉਰੇ ਦੇ ਅਫਸਰ ਇੰਨੇ ਨਿਕੰਮੇ, ਇਹਨਾਂ 'ਤੇ ਜਾਨ ਨਹੀਂ, ਜਿਹੜੇ ਸੀਲ ਕੀਤੇ ਹੋਏ ਤਾਲੇ ਉਹ MLA ਉਰੇ ਗੁੰਡੇ ਬਣ ਕੇ ਤੋੜਦੇ ਆ, ਗੁੰਡੇ ਬਣ ਕੇ। ਤੇ ਕਿਹੜਾ ਪਰਚਾ ਦਰਜ ਹੋਇਆ ਜੀ ਅੱਜ ਤੱਕ, ਕਿਹੜੀ ਕਾਰਵਾਈ ਹੋਈ? ਇਹ ਆ ਮਾਫੀਆ, ਇਹ ਸਾਨੂੰ ਗੱਲਾਂ ਕਰਦੇ ਆ, ਇਹ ਮਾਫੀਆ ਹੈ ਵੀ ਜਿਹੜਾ ਸਰਕਾਰ, ਜਿਹੜੀ ਸਰਕਾਰ ਪਹਿਲਾਂ ਰਲ ਕੇ ਕਮਿਸ਼ਨਰ ਭੇਜਦਾ ਤਾਲੇ ਲਾਉਣ, ਸੀਲਾਂ ਲਾਉਣ, ਅਤੇ ਇਵੇਂ ਇਹਦੇ MLA ਆਪ ਕੱਟਦੇ ਆ ਵੀ ਲਾਓ, ਸਾਡੇ ਤਾਲਾ ਕਿਹੜਾ ਲਾ ਸਕਦਾ, ਆਹ ਲਓ ਅਸੀਂ ਤੋੜਦੇ ਹਾਂ। ਅਤੇ ਉੱਦਣ ਇਹਨਾਂ ਦੇ ਥਾਣੇ ਕਿੱਥੇ ਗਏ ਹੁੰਦੇ ਆ? ਉਦੋਂ ਇਹਨਾਂ ਦੇ ਅਫਸਰ ਕਿੱਥੇ ਗਏ ਹੁੰਦੇ ਆ? ਜਵਾਬ ਮੰਗਿਓ ਤਾਂ ਜਰਾ, ਜਵਾਬ ਮੰਗਿਓ ਅਫਸਰਾਂ ਤੋਂ, ਉਹਦੇ ਲਈ ਇਨਕੁਆਇਰੀਆਂ ਤੁਹਾਡੀਆਂ ਬਹਿੰਦੀਆਂ ਏ। ਅਤੇ ਜੇ ਅਸੀਂ ਤਾਲੇ ਲੋਕਾਂ ਦੇ ਕੰਮ ਲਈ ਖੋਲ੍ਹਣ ਜਾਂਦੇ ਹਾਂ ਜਿਹੜੇ ਤੁਹਾਡੇ ਲਾਏ ਹੋਏ ਨੇ, ਅਤੇ ਜੇ ਅਸੀਂ ਬੰਦ ਕਰਨ ਜਾਂਦੇ ਹਾਂ ਤੁਹਾਡੀ ਜਿਹੜੀ, ਜਿੱਥੇ ਤੁਸੀਂ ਸਿਰਫ ਲੁੱਟ ਮਾਰ ਕਰਦੇ ਹੋ ਬਹਿ ਕੇ, ਤੁਹਾਡੀ ਲੁੱਟ ਮਾਰ ਨੂੰ ਤਾਲੇ ਲਾਉਣ ਜਾਂਦੇ ਹਾਂ ਲੋਕਾਂ ਦੇ ਕੰਮਾਂ ਨੂੰ ਨਹੀਂ, 95 ਬੰਦਿਆਂ ਦੀਆਂ ਮੋਹਰਾਂ ਤੁਸੀਂ ਲੈ ਕੇ, 95 ਕੌਂਸਲਰਾਂ ਦੀਆਂ ਮੋਹਰਾਂ ਲੈ ਕੇ ਤੁਸੀਂ ਇੱਕ ਡਰੋਰ 'ਚ ਰੱਖ ਲਈਆਂ। ਹਾਂ, ਸਿਲੈਕਸ਼ਨ ਕਰਾਈ ਹੁੰਦੀ ਜੀ ਸਦਕੇ ਕਰਾਉਂਦੇ, ਉਹਨਾਂ ਦਾ ਹੱਕ ਬਣਦਾ ਸੀ, ਤੁਹਾਡੇ ਜਿੱਤ ਦੇ ਸਾਡੇ ਜਿੱਤ ਦੇ, ਪਰ ਤੁਸੀਂ 95 ਬੰਦੇ ਨੇ ਮੋਹਰਾਂ ਇੱਕ ਦਰਾਜ 'ਚ ਬੰਦ ਕਰਕੇ ਚਾਬੀ ਲਾਈ ਹੋਈ ਆ, ਉਹਦਾ ਕੌਣ ਜਵਾਬ ਦੇ ਰਿਹਾ? ਭਗੌੜੇ ਹੋ, ਇਲੈਕਸ਼ਨਾਂ ਤੁਸੀਂ ਭੱਜੇ ਹੋਏ ਹੋ, ਇਲੈਕਸ਼ਨ ਤੁਸੀਂ ਅੱਜ ਤੱਕ ਕਰਾ ਨਹੀਂ ਸਕੇ, ਤੁਸੀਂ ਸਾਡੀਆਂ ਗੱਲਾਂ ਕਰਦੇ ਹੋ? ਗ੍ਰਿਫਤਾਰੀ ਜਿੱਥੇ ਮਰਜ਼ੀ ਗ੍ਰਿਫਤਾਰ ਕਰਵਾ ਬੈਠੇ ਹਾਂ, ਗ੍ਰਿਫਤਾਰੀ ਤੋਂ ਕੌਣ ਡਰਦਾ ਯਾਰ? ਕੀ ਕਹਿ ਜਿਹੀਆਂ ਗੱਲਾਂ ਕਰਦੇ ਹੋ? ਪਹਿਲਾਂ ਸਾਲ ਸਾਲ ਸੱਤ ਸੱਤ ਮਹੀਨੇ ਲਾ ਕੇ ਆਏ ਆ, ਤੁਹਾਡੀ ਗ੍ਰਿਫਤਾਰੀ ਤੋਂ ਡਰਦੇ ਆ? ਜਿੰਨੇ ਮਰਜ਼ੀ ਗ੍ਰਿਫਤਾਰ ਕਰੋ, ਹਜ਼ਾਰਾਂ ਦੀ ਗਿਣਤੀ ਗ੍ਰਿਫਤਾਰੀ ਦੇਣ ਜਾਵਾਂਗੇ, ਦੇਖਿਓ ਕਰਨ ਗ੍ਰਿਫਤਾਰ ਜਿਹਨੂੰ ਕਰ ਸਕਦੇ ਆ, ਹੱਥ ਕੜੀਆਂ ਮੁੱਕ ਜਾਣਗੀਆਂ। ਉਹ ਰਲੇ ਹੋਏ ਹੋ, ਸਭ ਨਾਲ ਦਲਾਲੀਆਂ ਕਰਦੇ ਹੋ ਤੁਸੀਂ, ਤੁਸੀਂ ਸਾਡੇ 'ਤੇ FIR ਦਰਜ ਕਰਦੇ ਹੋ, ਇੰਨੀ ਛੇਤੀ ਚਿੜ ਗਏ? ਹਜੇ ਤਾਂ ਇੱਕ ਭਗੌੜੇ ਬਾਰੇ ਨਾਂ ਲਿਆ ਸੀ, ਹਜੇ ਤਾਂ ਇੱਕ ਭਗੌੜੇ ਬਾਰੇ ਨਾਂ ਲਿਆ ਸੀ ਜਿਹੜਾ ਪੰਜਾਬ ਨੂੰ ਲੁੱਟ ਕੇ ਗਿਆ, ਦੇਖਿਓ ਸੀ ਅੱਗੇ ਅੱਗੇ ਕਿਵੇਂ ਲਿਸਟਾਂ ਖੋਲ੍ਹਦੇ। ਤੁਸੀਂ ਸਮਝਦੇ ਕੀ ਹੋ ਵੀ FIR ਨਾਲ ਡਰ ਜਾਂਗੇ? ਅਸੀਂ ਕੋਈ ਬਦਮਾਸ਼ ਆ, ਗੁੰਡੇ ਆ, ਜਿਹਨਾਂ ਨੂੰ ਤੁਸੀਂ ਭਜਾ ਲਓਗੇ FIR ਦਰਜ ਕਰਕੇ? ਕਿਹੜੀ ਤੁਸੀਂ ਗਲਤ ਫਹਿਮੀਆਂ 'ਚ ਹੋ ਯਾਰ? ਤੁਹਾਡੀ ਨਵੀਂ ਨਵੀਂ ਸਰਕਾਰ ਬਣੀ ਆ, ਤੁਸੀਂ ਅਣਜਾਣ ਬੰਦੇ ਹੋ, ਤੁਸੀਂ ਸੋਚਦੇ ਹੋ ਵੀ ਇੱਕ ਪਰਚਾ ਹੀ ਸਭ ਕੁਛ ਹੁੰਦਾ, ਇੱਕ ਵਿਜੀਲੈਂਸ ਹੁੰਦੀ ਆ, ਉਹਨੂੰ ਵਰਤ ਲਓ, ਉਹੋ ਜਿਹੇ ਨਿਖੱਟੂ ਅਫਸਰ ਨੇ, ਅਫਸਰਾਂ ਨੂੰ ਵੀ ਪੁੱਛ ਲਾਂਗੇ ਫਿਰ ਤੁਸੀਂ ਕਿੱਥੇ ਜਾਓਗੇ ਬਈ? ਇਹ ਤਾਂ ਜਾਣਗੇ ਜਿੱਥੇ ਜਾਣਗੇ, ਤੁਸੀਂ ਕਿੱਥੇ ਜਾਓਗੇ? ਤੁਹਾਨੂੰ ਨਹੀਂ ਪਤਾ ਕਾਨੂੰਨ ਕੀ ਆ? ਤੁਹਾਨੂੰ ਨਹੀਂ ਪਤਾ ਕਾਇਦਾ ਕੀ ਆ? ਜਿਹੜਾ ਕਟਰ ਚਲਾਇਆ ਤੁਸੀਂ
ਅਸੀਂ ਤਾਂ ਕਿਹਾ ਚਲੋ ਕਾਰਪੋਰੇਸ਼ਨ ਦਾ ਮੁਲਾਜ਼ਮ ਆ ਉਹ, ਵੀ ਲੁਧਿਆਣੇ ਦਾ ਏ, ਵੀ ਨਹੀਂ ਨਹੀਂ ਆਪਾਂ ਨੀ ਸ਼ਿਕਾਇਤ ਦਰਜ ਕਰਾਉਣੀ, ਜੋ ਉਹਨੇ ਕਟਰ ਚਲਾਇਆ ਤੁਹਾਡੇ ਮੂਹਰੇ ਚੱਲਦਾ ਕਟਰ ਦੇਖਿਆ ਕਿਤੇ? ਤੇ ਜੇ ਉਹ ਤੇ FIR ਦਰਜ ਕਰਾਈਏ ਅਸੀਂ, ਫਿਰ ਕੀ ਬਣੂਗਾ? ਦਿੱਲੀਓਂ ਹੁਕਮ ਆ ਕੇ ਤੁਸੀਂ ਸਾਡੇ ਤੇ FIR ਦਰਜ ਕਰਾਈ ਆ ਬਈ ਅਸੀਂ ਇੱਕ ਗੋਰੇ ਚਿਕਨੇ ਦਾ ਨਾਂ ਲਿਆ ਤਾ, ਵੀ ਉਹ ਪੈਸੇ ਲੈ ਕੇ ਭੱਜਿਆ ਉਰੇ ਹੋ? ਭਾਈ ਜੇ ਨਹੀਂ ਭੱਜਿਆ ਤਾਂ ਤੁਹਾਡੇ ਚੈਨਲਾਂ ਦੇ ਮੂਹਰੇ ਆ ਜਾਵੇ, ਕਿੱਥੇ ਆ ਉਹ? ਮੈਂ ਤਾਂ ਤੁਹਾਨੂੰ ਪੁੱਛਦਾ ਵੀ ਉਹ ਕਿੱਥੇ ਆ? ਇੱਥੇ ਲੁਧਿਆਣੇ ਪਹਿਲਾਂ ਸੌਦੇ ਕਰਦਾ ਫਿਰਦਾ, ਨਹੀਂ ਕਿੱਥੇ ਆ ਹੁਣ ਉਹ? ਇਸ ਕਰਕੇ ਬਿਲਕੁਲ ਕੋਈ ਪਰਵਾਹ ਨਹੀਂ, ਹਿੱਕ ਚ ਵੱਜਾਂਗੇ, ਕਦੇ ਭੱਜਣ ਵਾਲੇ ਨਹੀਂ ਆ ਬੈਠੀਆਂ ਤੁਹਾਡੇ ਮੂਹਰੇ। ਅਗਲਾ ਪ੍ਰੋਗਰਾਮ ਕੀ ਹੋਊਗਾ ਉਹ ਆਉਣ ਵਾਲੇ ਦਿਨਾਂ 'ਚ ਬਣਾਵਾਂਗੇ, ਕਿਸ ਤਰੀਕੇ ਨਾਲ ਚੱਲੂ, ਪਰ ਬਿਲਕੁਲ ਕੋਈ ਕਿਸੇ ਨੂੰ ਫਿਕਰ ਨਹੀਂ FIR ਕਰਕੇ, ਕੋਈ ਭੱਜ ਜੂਗਾ ਕਰ ਲੂਗਾ, ਤੁਸੀਂ ਭਗੌੜੇ ਹੋ, ਤੁਸੀਂ ਭੱਜਦੇ ਹੋ ED ਤੋਂ ਕਿੰਨੀਆਂ ਕਿੰਨੀਆਂ ਵਾਰ ਸੱਦ ਰਿਹਾ, ਤੁਸੀਂ ਭਗੌੜੇ ਹੋ, ਤੁਹਾਡੇ MP ਭੱਜ ਗਏ ਉਹਨਾਂ ਤੋਂ ਡਰਦੇ ਜੇਲ੍ਹਾਂ ਤੋਂ, ਤੁਸੀਂ ਨਹੀਂ ਜਾਂਦੇ, ਤੁਸੀਂ ਨਹੀਂ ਜਾਂਦੇ ਏਜੰਸੀਆਂ ਮੂਹਰੇ ਪੇਸ਼ ਹੋਣ, ਕਿਉਂਕਿ ਚੋਰ ਹੋ, ਸਾਨੂੰ ਕਾਹਦਾ ਡਰ ਆ, ਸਾਨੂੰ ਕਾਹਦਾ ਡਰ ਆ, ਤੇ ਕਿਹਨੂੰ ਡਰਾਉਂਦੇ ਹੋ ਤੁਸੀਂ? ਪੁੱਛੋ ਜੇ ਤੁਸੀਂ ਕੋਈ ਸਵਾਲ। ਮੈਂ ਕਹਿਣਾ ਜਿਹੜਾ ਕਰਪਸ਼ਨ ਦੀਆਂ ਹੱਦਾਂ ਨੇ, ਅੱਗੇ ਤਾਂ ਪੈਮਾਨਾ ਕੋਈ ਹੁੰਦਾ ਸੀ, ਮੀਡੀਆ ਵੀ ਲਿਖਦਾ ਸੀ, ਪਰ ਹੁਣ ਹਾਲਾਤ ਇਹ ਨੇ, ਮੈਂ ਕਰਪਸ਼ਨ ਵਾਲੀ ਗੱਲ, ਮੀਡੀਆ ਨੂੰ ਟੈਲੀਫੋਨ ਆਉਂਦੇ ਨੇ, ਇਹਨਾਂ ਦੇ ਬੰਦੇ ਬੈਠੇ ਨੇ, ਟੈਲੀਫੋਨ ਕਰਦੇ ਆ ਵੀ ਆਹ ਖਬਰ ਬੰਦ ਕਰ, ਆਹ ਖਬਰ ਤੂੰ ਲਾਈ ਕਿਵੇਂ? ਇਸ ਤਰੀਕੇ ਦੀ ਕਰਪਸ਼ਨ ਆ ਵੀ ਕਿਸੇ ਨੂੰ ਸਮਝ ਨਹੀਂ। ਅੱਗੇ ਫਿਰ ਵੀ ਕੋਈ ਕੰਮ ਜੇ ਕੋਈ ਪੋਲੀਟੀਕਲ ਬੰਦਾ ਕਹਿੰਦਾ ਉਹਨਾਂ ਦਾ ਹੋ ਜਾਂਦਾ ਸੀ, ਹੁਣ ਪਹਿਲਾਂ ਪੋਲੀਟੀਕਲ ਬੰਦਾ ਆਪ ਪੈਸੇ ਲੈਂਦਾ, ਉਹਨਾਂ ਦੇ ਦਲਾਲ ਆਪ ਪੈਸੇ ਲੈਂਦੇ ਆ, ਫਿਰ ਅਫਸਰ ਪੈਸੇ ਲੈਂਦੇ ਆ, ਫਿਰ ਅਫਸਰਾਂ ਦੇ ਦਲਾਲ ਪੈਸੇ ਲੈਂਦੇ ਆ, ਇਸ ਕਰਕੇ ਜਿਹੜੇ ਇਹਨਾਂ ਦੇ ਖਾਸ ਤੌਰ 'ਤੇ ਪਿੰਡਾਂ 'ਚ ਵਾਰਡਾਂ 'ਚ ਬੰਦੇ ਛੱਡੇ, 5 ਥਾਂ ਕਰਪਸ਼ਨ ਚੱਲ ਰਹੀ ਆ। ਇਹ ਸਿੰਗਲ ਵਿੰਡੋ ਦੀ ਗੱਲ ਕਰਦੇ ਆ ਨਾ, ਸਿੰਗਲ ਵਿੰਡੋ, ਇਸ ਵੇਲੇ ਕਰਪਸ਼ਨ ਦੀਆਂ 5 ਵਿੰਡੋਆਂ ਖੁੱਲੀਆਂ ਏ, ਇੱਕ ਦਿੱਲੀ, ਇੱਕ ਚੰਡੀਗੜ੍ਹ, ਇੱਕ ਜ਼ਿਲ੍ਹੇ 'ਚ ਲੁਧਿਆਣੇ 'ਚ, ਇੱਕ ਉਦੋਂ ਬਾਅਦ ਵਿਧਾਨ ਸਭਾ ਹਲਕਾ, ਐਂ ਕਰਪਸ਼ਨ, ਅਤੇ ਉਦੋਂ ਬਾਅਦ ਵਾਰਡਾਂ 'ਚ ਜਿਹੜੇ ਬੰਦੇ ਬੈਠੇ, 5 ਵਿੰਡੋਆਂ ਖੁੱਲੀਆਂ ਹੋਈਆਂ ਕਰਪਸ਼ਨ ਦੀਆਂ, ਤੁਸੀਂ ਅੰਦਾਜ਼ਾ ਲਾ ਲਓ ਵੀ ਹਾਲਾਤ ਕੀ ਹੋਊਗਾ, ਕਿਉਂਕਿ ਸਭ ਤੋਂ ਵੱਡਾ ਹਿੱਸਾ ਹੈ ਉਹ ਦਿੱਲੀ ਦਾ, ਫਿਰ ਚੰਡੀਗੜ੍ਹ ਮੰਤਰੀਆਂ ਦਾ, ਫਿਰ MLA ਦੇ, ਫਿਰ ਜਿਹੜੇ ਥੱਲੇ ਇਹਨਾਂ ਦੇ ਵਲੰਟੀਅਰ ਨੇ ਉਹਨਾਂ ਦਾ।